ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਦਰਸ਼ਨ ਸਿੰਘ ਮਾਨ ਸਬ ਡਿਵੀਜ਼ਨ ਭਿੱਖੀਵਿੰਡ ਦੇ ਡਿਪਟੀ ਸੁਪਰਡੈਂਟ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਭਿੱਖੀਵਿੰਡ ਪੁਲਿਸ ਨੇ ਬ੍ਰੀਜ਼ਾ ਗੱਡੀ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਮਨਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਚੌਕੀ ਸੁਰ ਸਿੰਘ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਚੌਕੀ ਸੁਰ ਸਿੰਘ ਤੋਂ ਦੌਰਾਨੇ ਗਸ਼ਤ ਇੱਕ ਬ੍ਰੀਜ਼ਾ ਗੱਡੀ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਹਨਾਂ ਨੌਜਵਾਨਾਂ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੋਗ SSP ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ ਅਨੁਸਾਰ DSP ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀ ਜਿਹੜੀ ਅਗਵਾਈ ਦੇ ਵਿੱਚ ਇਹ ਜਿਹੜਾ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਇਹਦੇ ਵਿੱਚ ਪੰਜਾਬ ਪੁਲਿਸ ਜਿਹੜਾ ਉਹ ਵੱਧ ਚੜ੍ਹ ਕੇ ਹੀ ਨਹੀਂ ਪੂਰੇ ਪੁਰਜ਼ੋਰ ਨਾਲ ਖਾਤਮੇ ਲਈ ਤੁਰੀ ਹੋਈ ਹੈ। ਇਹਦੇ ਦੌਰਾਨ ਕੱਲ੍ਹ ਇੰਚਾਰਜ ਚੌਕੀ ਸੁਰ ਸਿੰਘ ASI ਸੁਰਿੰਦਰਪਾਲ ਜੀ ਵੱਲੋਂ ਸਪੈਸ਼ਲ ਨਾਕਾਬੰਦੀ ਜਿਹੜੀ ਉਹ ਸੁਰ ਸਿੰਘ ਬੈਂਕਾ ਡਰੇਨ ਪੁਲ 'ਤੇ ਲਗਾਈ ਗਈ ਸੀ। ਉੱਥੇ ਦੌਰਾਨੇ ਚੈਕਿੰਗ ਇੱਕ ਬ੍ਰੇਜਾ ਗੱਡੀ ਜਿਹੜੀ ਉਹ PV12AB6545 ਦੇ ਵਿੱਚ 2 ਮੋਨੇ ਨੌਜਵਾਨ ਸਵਾਰ ਸੀਗੇ, ਜਿਨ੍ਹਾਂ ਦਾ ਨਾਮ ਪਤਾ ਪੁੱਛੇ ਉਹਨਾਂ ਨੇ ਆਪਣਾ ਜਿਹੜਾ ਪਿੰਡ ਹੈ ਉਹਦੇ ਨਾਂ ਸਿਮਰਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਕਲਾਰਾਂ ਅਤੇ ਹਰਪ੍ਰੀਤ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਮਰਿੰਡਾ ਸਦਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੱਸਿਆ। ਇਸੇ ਦੌਰਾਨ ਉਹਨਾਂ ਦੀ ਗੱਡੀ ਦੀ ਜਿਹੜੀ ਸੀ ਉਹ ਤਲਾਸ਼ੀ ਲਈ ਗਈ। ਦੌਰਾਨੇ ਤਲਾਸ਼ੀ ਉਹਨਾਂ ਦੀ ਗੱਡੀ ਦੇ ਵਿੱਚੋਂ ਜਿਹੜੀ ਉਹ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਤੁਰੰਤ ਮੈਨੂੰ ਮੈਸੇਜ ਮਿਲਿਆ ASI ਚੌਕੀ ਚਾਰਜਰ ਮੌਕੇ 'ਤੇ ਪਹੁੰਚ ਕੇ ਤਹਿਕੀਕਾਤ ਕੀਤੀ ਗਈ, ਪੁੱਛਗਿੱਛ ਕੀਤੀ ਗਈ। ਜਿਹੜੇ ਕਿ ਇਸੇ ਨਜ਼ਦੀਕ ਦੇ ਇਲਾਕੇ 'ਚੋਂ ਕਿਸੇ ਤੋਂ ਕਿਸੇ ਬਾਈਪਾਸ ਕਾਲ ਕਰਵਾ ਕੇ ਕਿਸੇ ਸਮਗਲਰ ਕੋਲੋਂ ਉਹਨਾਂ ਨੇ ਲਈ ਸੀਗੀ, ਉਹਦੀ ਤਹਿਕੀਕਾਤ ਕੀਤੀ ਜਾ ਰਹੀ ਹੈ। ਇਹਨਾਂ ਦੇ ਖਿਲਾਫ਼ 1185 ਦੀ ਧਾਰਾ ਐਂਟੀਪੈਕਟ ਦੀ ਧਾਰਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ। ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤੇ ਜਾਣਾ, ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਅਤੇ ਬਾਕੀ ਜਿਹੜੀ ਤਹਿਕੀਕਾਤ ਉਹ ਕੀਤੀ ਜਾਊਗੀ ਮੇਨ ਸਵਾਲ ਤੱਕ ਪਹੁੰਚਿਆ। ਭਿੱਖੀਵਿੰਡ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।